ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਹੋਸਟ ਰਾਜਪ੍ਰੀਤ ਕੌਰ ਤੇ ਮੈਂ ਹਾਂ ਸਿਮਰਨ ਭੱਠਾ। ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਰੁੱਤ ਨੂੰ ਅਜਿਹੀਆਂ ਹਸਤੀਆਂ ਦੇ ਨਾਲ ਮਿਲਾਇਆ ਜਾਵੇ ਜਿਨ੍ਹਾਂ ਨੇ ਆਪਣੇ ਫੀਲਡ ਵਿੱਚ ਬਹੁਤ ਮਹਾਰਤ ਹਾਸਲ ਕੀਤੀ ਹੈ, ਬਹੁਤ ਮਿਹਨਤ ਕੀਤੀ ਹੈ ਅਤੇ ਇੱਕ ਖਾਸ ਮੁਕਾਮ ਹਾਸਲ ਕੀਤਾ ਹੈ। ਅਤੇ ਅਜਿਹੀ ਅੱਜ ਹਸਤੀ ਨਾਲ ਤੁਹਾਨੂੰ ਮਿਲਾਵਾਂਗੇ ਅਤੇ ਰਾਜਪ੍ਰੀਤ, ਉਹਨਾਂ ਲਈ ਮੈਂ ਕੁਛ ਲਾਈਨਾਂ ਲਿਖੀਆਂ ਨੇ। ਜ਼ਰੂਰ ਸੁਣਾਓ ਸਿਮਰਨ। ਕੀ ਗੱਲ ਕਰਾਂ ਉਸ ਮੁਟਿਆਰ ਦੀ, ਕੀ ਗੱਲ ਕਰਾਂ ਉਸ ਮੁਟਿਆਰ ਦੀ, ਵਿਹਲੇ ਪਲਾਂ 'ਚ ਰੱਬ ਨੇ ਘੜ ਕੇ ਬਣਾਇਆ ਏ। ਨਖਰੇ ਉਧਾਰ ਮੰਗਦੀਆਂ ਪਰੀਆਂ ਨੇ, ਲੰਮੀ ਗੁੱਤ ਨੇ ਭੁਲੇਖਾ ਸੱਪਾਂ ਦਾ ਪਾਇਆ ਏ। ਮਹਿਕ ਉਹਦੇ ਹੁਸਨ ਦੀ ਨੇ ਫੁੱਲਾਂ ਨੂੰ ਵੀ ਜੈਲਸ ਕਰਾਇਆ ਏ। ਸੂਹੇ ਮੁੱਖ ਦੀ ਲਾਲੀ ਨਾਲ ਸਹਾਰੀ ਜਾਂਦੀ ਕੁੜੀਓ, ਹੌਲੀ ਹੌਲੀ ਦਿਲ ਸਾਡੇ ਤੇ ਕਬਜ਼ਾ ਪਾਇਆ ਏ, ਹੌਲੀ ਹੌਲੀ ਦਿਲ ਸਾਡੇ ਤੇ ਕਬਜ਼ਾ ਪਾਇਆ ਏ। ਬਿਲਕੁਲ ਢੁਕਦਾ ਸ਼ੇਰ ਉਹਨਾਂ ਦੀ ਖੂਬਸੂਰਤੀ ਦੇ ਉੱਤੇ। ਤੇ ਦਰਸ਼ਕੋ, ਤੁਹਾਨੂੰ ਮਿਲਾਉਂਦੇ ਆ ਅੱਜ ਇਹੋ ਜਿਹੀ ਸਾਡੀ ਸੋਹਣੀ ਪੰਜਾਬੀ ਮੁਟਿਆਰ ਦੇ ਨਾਲ, ਜਿਨ੍ਹਾਂ ਨੂੰ ਅਸੀਂ ਸਾਰੇ ਐਡਮਾਇਰ ਕਰਦੇ ਆ, ਸਪੈਸ਼ਲੀ ਗਰਲਸ। ਤੇ ਉਹਨਾਂ ਨੇ ਸਾਡੀ ਇੰਡਸਟਰੀ ਨੂੰ ਇੱਦਾਂ ਇੱਦਾਂ ਦੀਆਂ ਪੰਜਾਬੀ ਫਿਲਮਾਂ ਦਿੱਤੀਆਂ ਨੇ ਜਿਹੜੀਆਂ ਅਜੇ ਵੀ ਸਾਰੇ ਦਰਸ਼ਕਾਂ ਦੇ ਦਿਲਾਂ ਦੇ ਉੱਤੇ ਉਹ ਰਾਜ ਕਰ ਰਹੀਆਂ ਨੇ। ਤੇ ਹੁਣ ਸਾਡਾ ਤੇ ਦਰਸ਼ਕਾਂ ਦਾ ਇੰਤਜ਼ਾਰ ਖਤਮ ਕਰਦੇ ਹੋਏ ਸਾਨੂੰ ਉਹ ਫਿਰ ਦੇਖਣ ਨੂੰ ਮਿਲਣਗੇ ਇੱਕ ਵੱਡੇ ਪਰਦੇ ਦੇ ਉੱਤੇ, ਆਪਣੀ ਨਵੀਂ ਫਿਲਮ ਉਚਾਦਰ ਬਾਬੇ ਨਾਨਕ ਦਾ ਦੇ ਵਿੱਚ। ਤੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੇ ਬਾਰੇ ਵਿੱਚ ਤੇ ਉਹਨਾਂ ਦੀ ਫਿਲਮ ਦੇ ਬਾਰੇ ਵਿੱਚ। ਕਿੰਮੀ ਜੀ, ਸਵਾਗਤ ਹੈ ਤੁਹਾਡਾ ਸਾਡੇ ਸ਼ੋਅ ਟਸ਼ਨ ਟਾਕ ਤੇ। ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂ ਕਿ ਮੈਂ ਬਹੁਤ ਐਕਸਾਈਟਿਡ ਹਾਂ ਤੁਹਾਨੂੰ ਪਹਿਲੀ ਵਾਰੀ ਮਿਲ ਕੇ, ਬੜਾ ਵਧੀਆ ਲੱਗਿਆ। ਪਹਿਲਾਂ ਤੁਹਾਨੂੰ ਵੱਡੇ ਪਰਦੇ ਤੇ ਦੇਖਦੇ ਸੀ, ਜੱਸੀ ਪਾਲੀ, ਕਿੰਨੇ ਵਧੀਆ ਤੁਸੀਂ ਰੋਲ ਕੀਤੇ ਨੇ। ਤੇ ਥੈਂਕ ਯੂ ਫੋਰ ਕਮਿੰਗ ਟੂ ਅਰ ਸ਼ੋਅ। ਥੈਂਕ ਯੂ ਸੋ ਮਚ। ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਬਹੁਤ ਸੋਹਣਾ ਅਹਿਸਾਸ ਹੋਇਆ ਔਰ ਓਨੈਸਟਲੀ ਜੋ ਤੁਸੀਂ ਸ਼ੇਅਰ ਲਿਖਿਆ ਤੁਹਾਡੇ ਦੋਵਾਂ ਦੇ ਵੀ ਜੱਸਦਾ ਬਿਲਕੁਲ ਪੂਰੀ ਤਰ੍ਹਾਂ। ਤੁਸੀਂ ਦੋਨੋਂ ਇੰਨੀਆਂ ਸਵੀਟ ਹੋ ਔਰ ਤੁਹਾਡੀਆਂ ਡਰੈੱਸਾਂ ਬਹੁਤ ਸੋਹਣੀਆਂ ਨੇ। ਮੈਨੂੰ ਪਤਾ ਹੁੰਦਾ ਮੈਂ ਸੋਹਣਾ ਜਿਹਾ ਸੂਟ ਪਾ ਕੇ ਆਉਂਦੀ। ਮੈਂ ਨਾ ਅੱਜ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਰਹੀ ਹਾਂ ਕਿ ਅਸੀਂ ਜਿਹਨਾਂ ਨੂੰ ਵੱਡੇ ਪਰਦੇ ਉੱਤੇ ਦੇਖਦੇ ਰਹੇ, ਇੰਨਾ ਅਸੀਂ ਇਹਨਾਂ ਨੂੰ ਐਡਮਾਇਰ ਕਰਦੇ, ਅੱਜ ਅਸੀਂ ਉਹਨਾਂ ਦੇ ਸਾਹਮਣੇ ਬੈਠ ਕੇ ਸਾਨੂੰ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲ ਰਿਹਾ ਵਾ। ਇਹ ਸਾਡੇ ਲਈ ਖੁਸ਼ਕਿਸਮਤ ਦੀ ਗੱਲ ਵਾ। ਤੇ ਕਿਵੇਂ ਜੀ, ਨਵੀਂ ਫਿਲਮ ਜਿਹੜੀ ਉਚਾਦਰ ਬਾਬੇ ਨਾਨਕ ਦਾ, ਜਿਵੇਂ ਸਾਨੂੰ ਪਤਾ ਕਿ ਉਹ ਰੂਹਾਨੀਅਤ ਦੀ ਗੱਲ ਕਰਦੀ ਹੈ ਫਿਲਮ, ਰਿਸ਼ਤਿਆਂ ਦੀ ਗੱਲ ਕਰਦੀ ਆ, ਤੇ ਮੈਂ ਚਾਹਾਂਗੀ ਕਿ ਤੁਸੀਂ ਆਪ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਿਸ ਕਿਸਮ ਦੀ ਫਿਲਮ ਆ, ਕੀ ਸਟੋਰੀ ਲਾਈਨ ਵਾ ਤੇ ਤੁਹਾਡਾ ਕੀ ਰੋਲ ਆ ਉਹਦੇ ਵਿੱਚ? ਇਹ ਜੀ, ਬਹੁਤ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਇਹ ਫਿਲਮ 'ਚ ਕੰਮ ਕਰਨ ਦਾ ਮੌਕਾ ਮਿਲ ਰਿਹਾ ਔਰ ਫਿਲਮ ਆਪਣੀ ਰਿਲੀਜ਼ ਹੋਈ ਹੈ 12 ਜੁਲਾਈ ਨੂੰ। ਹਾਂਜੀ, ਫਿਲਮ ਜਿਹੜੀ ਹੈ ਵਿਸ਼ਿਆਂ 'ਤੇ ਫਿਲਮ ਗੱਲ ਕਰ ਰਹੀ ਹੈ ਉਹਦੇ ਵਿੱਚ ਅੱਜ ਕੱਲ੍ਹ ਜਿੰਨੇ ਪ੍ਰਵਾਸੀ ਪੰਜਾਬੀ ਨੇ ਜਾਂ ਫਿਰ ਪੰਜਾਬ 'ਚ ਰਹਿੰਦੇ ਹੋਏ ਪੰਜਾਬੀ, ਉਹ ਸਾਰੇ ਉਹਦੇ ਨਾਲ ਆਈਡੈਂਟੀਫਾਈ ਕਰ ਸਕਦੇ ਆ। ਅੱਜ ਕੱਲ੍ਹ ਦੇ ਸਾਰੇ ਇਸ਼ੂਜ਼, ਭਾਵੇਂ ਆਪਾਂ ਉਹਨਾਂ ਡਰੱਗਸ ਲੈ ਲਈਏ, ਗਨ ਵਾਇਲੈਂਸ ਲੈ ਲਈਏ, ਜਾਂ ਰਿਸ਼ਤਿਆਂ ਦੇ ਵਿੱਚ ਪ੍ਰੋਬਲਮਸ, ਫੈਮਿਲੀ ਦੇ ਵਿੱਚ ਪ੍ਰੋਬਲਮਸ, ਸੱਸ ਸਹੁਰੇ ਨਾਲ ਪ੍ਰੋਬਲਮ, ਮਤਲਬ ਸਾਰੀਆਂ, ਮੈਂ ਕਹਿੰਦੀ ਹਾਂ ਜਿੰਨੀਆਂ ਅੱਜ ਕੱਲ੍ਹ ਆਪਾਂ ਫੇਸ ਕਰਦੇ ਨੇ ਨਾ ਆਪਣੇ ਲੋਕ, ਉਹੇ ਜਿਹੀਆਂ ਸਾਰੀਆਂ ਸਿਚੁਏਸ਼ਨਸ ਇਹ ਮੂਵੀ 'ਚ ਦਿਖਾਈਆਂ ਗਈਆਂ ਨੇ। ਕਿਵੇਂ ਜੀ, ਜਦੋਂ ਆਪਾਂ ਗੱਲ ਕਰਦੇ ਹਾਂ ਉਚਾਦਰ ਬਾਬੇ ਨਾਨਕ ਦਾ, ਪੁਰਾਣੀ ਲੈਜੈਂਡਰੀ ਮੂਵੀ ਦਾ ਖਿਆਲ ਆਪਣੇ ਦਿਲ 'ਚ ਜ਼ਰੂਰ ਆਉਂਦਾ ਜਿਹਦੇ ਵਿੱਚ ਬਹੁਤ ਹੀ ਚੋਟੀ ਦੇ ਕਲਾਕਾਰਾਂ ਨੇ ਕੰਮ ਕੀਤਾ ਸੀ, ਗੁਰਦਾਸ ਮਾਨ ਜੀ, ਪ੍ਰੀਤੀ ਸਪਰੂ ਜੀ, ਅਤੇ ਉਹ ਕਲਾਕਾਰ ਅਤੇ ਉਹ ਮੂਵੀ ਅੱਜ ਵੀ ਸਾਡੇ ਦਰਸ਼ਕਾਂ ਦੇ ਵਿੱਚ, ਸਾਡੇ ਦਿਲਾਂ ਵਿੱਚ ਵੱਸਦੀ ਹੈ ਅਤੇ ਬਹੁਤ ਪਿਆਰ ਮਿਲਿਆ ਉਸ ਮੂਵੀ ਨੂੰ। ਅਤੇ ਇਹ ਮੂਵੀ ਦਾ ਉਹਦੇ ਨਾਲ ਕੋਈ ਰਿਲੇਸ਼ਨ ਹੈ ਜਾਂ ਫਿਰ ਇੱਕ ਨਵੇਕਲਾ ਪੱਖ ਲੈ ਕੇ ਆ ਰਹੀ ਹੈ? ਮੇਰਾ ਪੂਰਾ ਰਿਕਾਰਡ ਹੈਗਾ ਆਪਣੀ ਪੁਰਾਣੀ ਜਿਹੜੀ ਫਿਲਮ ਸੀਗੀ ਉਚਾਦਰ ਬਾਬੇ ਨਾਨਕ ਦਾ, ਇਹ ਇੰਸਪਾਇਰਡ ਹੈਗੀ ਹੈ ਨੈਚੁਰਲੀ, ਹੈ ਨਾ, ਇੱਕ ਤਾਂ ਨਾਮ ਐਸਾ ਵਾ, ਇਹ ਤੋਂ
ਉੱਤੇ ਕੋਈ ਟਾਈਟਲ ਨਹੀਂ ਹੋ ਸਕਦਾ। ਹਾਂਜੀ ਹਾਂਜੀ ਔਰ ਬਿਲਕੁਲ। ਤੇ ਹੁਣ ਜਿਹੜੀ ਅਸੀਂ ਇਹ ਫਿਲਮ ਬਣਾਈ ਹੈਗੀ ਹੈ, ਇਹਦੇ ਵਿੱਚ ਆਪਾਂ ਡਿਫਰੈਂਟ ਤਰ੍ਹਾਂ ਦੀਆਂ ਅੱਜ ਕੱਲ੍ਹ ਦੀਆਂ ਕਹਾਣੀਆਂ ਇਹਦੇ 'ਚ ਹੈਗੀਆਂ ਨੇ। ਜਿਵੇਂ ਆਪਣੀ ਉਹ ਜਿਹੜੀ ਲੈਜੈਂਡਰੀ ਫਿਲਮ ਹੈਗੀ ਹੈ ਨਾ, ਉਹਦੇ ਵਿੱਚ ਉਸ ਵੇਲੇ ਦੀਆਂ ਜੋ ਪ੍ਰੋਬਲਮ ਸੀਗੀਆਂ, ਉਸ ਵੇਲੇ ਦੀ ਸਿਚੁਏਸ਼ਨ ਸੀ, ਉਹ ਦਿਖਾਈਆਂ ਗਈਆਂ ਸੀ। ਅਤੇ ਹੁਣ ਆਪਾਂ ਜਿਹੜੀ ਆਹ ਕੋਸ਼ਿਸ਼ ਕੀਤੀ ਹੈ, ਇਹਦੇ ਵਿੱਚ ਆਪਾਂ ਅੱਜ ਕੱਲ੍ਹ ਦੀਆਂ ਸਾਰੀਆਂ ਪ੍ਰੋਬਲਮਸ, ਅੱਜ ਕੱਲ੍ਹ ਦੀ ਆਪਣੀ ਆਡੀਅੰਸ, ਅੱਜ ਕੱਲ੍ਹ ਦੇ ਆਪਣੇ ਦੁਨੀਆਂ 'ਚ ਵੱਸਦੇ ਹੋਏ ਪੰਜਾਬੀ, ਉਹਨਾਂ ਬਾਰੇ ਗੱਲ ਕੀਤੀ ਹੈ। ਠੀਕ ਹੈ ਜੀ। ਅਤੇ ਕਿੰਮੀ ਜੀ, ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਮੂਵੀ ਉੱਚਾ ਦਰ ਬਾਬਾ ਨਾਨਕ ਦਾ ਕਾਫੀ ਦਿੱਗਜ ਕਲਾਕਾਰ ਲੈ ਕੇ ਆ ਰਹੀ ਹੈ, ਤੇ ਇਹਦੀ ਸ਼ੂਟਿੰਗ ਕਿੱਥੇ ਹੋਈ ਹੈ? ਇੰਡੀਆ 'ਚ, ਪੰਜਾਬ ਵਿੱਚ ਹੋਈ ਹੈ, ਕੈਨੇਡਾ ਵਿੱਚ ਹੋਈ ਹੈ, ਅਮੈਰੀਕਾ 'ਚ ਹੋਈ ਹੈ? ਬਿਕੋਜ਼ ਤੁਸੀਂ ਅਮੈਰੀਕਾ ਵਿੱਚ ਮੋਸਟਲੀ ਰਹਿੰਦੇ ਹੋ, ਤੇ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੋਗੇ? ਇਸ ਮੂਵੀ ਦੀ ਸ਼ੂਟਿੰਗ 8 ਡਿਫਰੈਂਟ ਦੇਸ਼ਾਂ ਦੇ ਵਿੱਚ ਹੋਈ ਹੈ, ਤੇ ਆਪਾਂ ਨਹੀਂ ਅਸੀਂ ਕਹਿ ਸਕਦੇ ਕਿ ਜੀ ਪੰਜਾਬ 'ਚ ਹੋਈ ਹੈ ਜਾਂ ਕੈਨੇਡਾ 'ਚ ਹੋਈ ਹੈ ਜਾਂ, ਇਹ 8 ਡਿਫਰੈਂਟ ਕੰਟਰੀਜ਼ ਦੇ ਵਿੱਚ ਇਸ ਮੂਵੀ ਨੂੰ ਸ਼ੂਟ ਕੀਤਾ ਗਿਆ। ਔਰ ਕਿਉਂਕਿ ਆਪਣੀ ਪੰਜਾਬੀ ਸਾਰੇ ਕਿਤੇ ਨੇ, ਤਾਂ ਅਸੀਂ ਟਰਾਈ ਕੀਤਾ ਵਾ ਕਿ ਔਰ ਹਰ ਕਿਸੇ ਦੀਆਂ ਕਹਾਣੀਆਂ ਹਾਂਜੀ ਇੱਕੋ ਜਿਹੀਆਂ ਨੇ, ਤਾਂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਹਰ ਜਿਹੜੇ ਦੇਸ਼ਾਂ 'ਚ ਅਸੀਂ ਸ਼ੂਟ ਕੀਤੀ ਹੈ ਕਿ ਉੱਥੇ ਜੋ ਜੋ ਹੋ ਰਿਹਾ ਸੀ ਉਹਨੂੰ ਕੈਚ ਕਰਨ ਦੀ ਕੋਸ਼ਿਸ਼ ਕਰੀਏ। ਤਨਵੀਰ ਸਿੰਘ ਜਗਪਾਲ ਜੀ, ਜੋ ਕਿ ਇੱਕ ਐਸੇ ਡਾਇਰੈਕਟਰ ਨੇ ਜਿਨ੍ਹਾਂ ਨੇ ਇੱਕ ਪੁਰਾਣੀ ਮੂਵੀ ਲੈ ਕੇ ਆਉਂਦੀ ਸੀ ਰੱਬ ਦਾ ਰੇਡੀਓ, ਬਹੁਤ ਹੀ ਹਟਕੇ ਮੂਵੀ ਸੀਗੀ ਉਸ ਟਾਈਮ ਦੀ, ਅਤੇ ਇੱਕ ਬਹੁਤ ਹੀ ਇੰਸਪਾਇਰਿੰਗ ਡਾਇਰੈਕਟਰ ਨੇ, ਅਤੇ ਉਹਨਾਂ ਦੇ ਨਾਲ ਕੰਮ ਕਰਨ ਦਾ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਸਿਰਫ ਰੱਬ ਦਾ ਰੇਡੀਓ ਨੇ ਉਹ ਹਮੇਸ਼ਾ ਜਿਹੜੀਆਂ ਉਹਨਾਂ ਨੇ ਫਿਲਮਾਂ ਬਣਾਈਆਂ ਨੇ, ਦਾਣਾ ਪਾਣੀ ਹਾਂਜੀ, ਤੇ ਸਿੱਧੂ ਮੂਸੇਵਾਲੇ ਉਹਨਾਂ ਦੇ ਨਾਲ ਬਣਾਈ ਸੀਗੀ ਯੈਸ ਸਟੂਡੈਂਟ, ਰਾਈਟ? ਤੁਸੀਂ ਤਿੰਨੇ ਫਿਲਮਾਂ ਜਦ ਤੁਸੀਂ ਚੱਕ ਕੇ ਦੇਖਦੇ ਹੋ, ਮਤਲਬ ਇਹ ਬਿਲਕੁਲ ਚੋਟੀ ਦੀਆਂ ਫਿਲਮਾਂ ਨੇ, ਮਤਲਬ ਉਹਦੇ ਵਿੱਚ ਕਿੱਦਾਂ ਦੇ ਫੀਲਿੰਗਸ, ਕਿੱਦਾਂ ਸਾਰਾ ਇਨਸਾਨ ਦੇ ਜੋ ਕੈਰੈਕਟਰ, ਜਿੱਦਾਂ ਪੂਰੀ ਕਹਾਣੀ ਜਿਵੇਂ ਪਰੋਈ ਹੋਈ ਹੈ, ਜਿੱਦਾਂ ਸਾਹਮਣੇ ਆਉਂਦੀ ਹੈ, ਇਹ ਬਿਲਕੁਲ ਹੀ ਬਹੁਤ ਹੀ ਮੈਨੂੰ ਡਿਫਰੈਂਟ ਮੰਨਦੀ ਹੈ ਜਿਵੇਂ ਤਰਨ ਜਗਪਾਲ ਹੁਣੀ ਬਣਾਉਂਦੇ ਆ। ਡਾਇਰੈਕਟਰ ਦੀ ਹੀ ਵਿਜ਼ਨ ਹੁੰਦੀ ਹੈ ਜਿਹਦੇ 'ਤੇ ਬੇਸਡ ਸਾਰੀ ਮੂਵੀ ਬਣਦੀ ਹੈ, ਔਰ ਬਣ ਕੇ ਜਿਹੜੀ ਸਾਹਮਣੇ ਆਉਂਦੀ ਉਹਦੇ ਵਿੱਚ ਸਾਰਾ ਕੁਛ, ਭਾਵੇਂ ਉਹ ਕੋਈ ਸੀਨ ਦੀ ਗੱਲ ਹੋਵੇ, ਕਿਸੇ ਦੇ ਇਮੋਸ਼ਨਸ ਦੀ ਗੱਲ ਹੋਵੇ ਜਾਂ ਬੈਕਗਰਾਊਂਡ ਮਿਊਜ਼ਿਕ ਦੀ ਗੱਲ ਹੋਵੇ, ਕੁਛ ਵੀ, ਔਰ ਤਰਨ ਜਗਪਾਲ ਹਰ ਉਹਦੇ ਵਿੱਚ ਪੂਰੀ ਤਰ੍ਹਾਂ ਇਨਵੋਲਵ ਹੈ। ਉਹਨਾਂ ਦੇ ਪੁਰਾਣੀਆਂ ਫਿਲਮਾਂ ਦੇਖ ਕੇ ਆਪਾਂ ਸਾਰਾ ਪਤਾ ਲੱਗ ਹੀ ਜਾਂਦਾ, ਔਰ ਮੈਨੂੰ ਬਹੁਤ ਅੱਛਾ ਲੱਗਾ ਕਿਉਂਕਿ ਬਹੁਤ ਹੀ ਯੰਗ ਡਾਇਰੈਕਟਰ, ਅਰਲੀ 30s, ਮਤਲਬ ਮੈਂ ਅਨਬਿਲੀਵੇਬਲ, ਮੈਂ ਮੰਨ ਹੀ ਨਹੀਂ ਸਕਦੀ ਸੀ ਕਿ ਓ ਮਾਈ ਗੋਡ, ਉਹਨਾਂ ਦੀ ਉਮਰ ਤੇ ਉਹਨਾਂ ਦੇ ਜੋ ਕੰਮ ਵਾ ਉਹ ਇੱਕ, ਮੈਨੂੰ ਲੱਗਦਾ ਹੁੰਦਾ ਕਿ ਫਿਰ ਮੇਲ ਵੀ ਨਹੀਂ ਖਾਂਦਾ ਕਿ ਇੰਨਾ ਯੰਗ ਬੰਦਾ ਇੰਨੀ ਡਿਟੇਲ ਦੇ ਵਿੱਚ ਕੰਮ ਕਰ ਰਹੇ, ਉਹ ਬਹੁਤ ਹੀ ਡਿਟੇਲ ਇੱਕ ਰਿਸ਼ਤਿਆਂ ਨੂੰ ਬੜੇ ਨਾ, ਜਿਵੇਂ ਤੁਸੀਂ ਰੱਬ ਦਾ ਰੇਡੀਓ ਮੂਵੀ ਦੇਖੋ, ਕਿੰਨੇ ਸੋਹਣੇ ਪੱਖ ਨਾਲ ਇੱਕ ਭੈਣ ਦਾ ਰਿਸ਼ਤਾ ਲੈ ਕੇ ਆਉਂਦਾ ਉਹਨਾਂ ਨੇ, ਕਿ ਉਹ ਮਿਸ ਕਰਦੀ ਹੈ, ਕੀ ਉਹ ਫੀਲ ਕਰਦੀ ਆ, ਇਹ ਚੀਜ਼ਾਂ ਬਹੁਤ ਡਿਟੇਲਡ ਵਿੱਚ ਹੁੰਦਾ ਨਾ ਕਿ ਮਿਨਿਊਟ ਚੀਜ਼ਾਂ ਤੁਸੀਂ ਨੋਟ ਕਰਦੇ ਆ। ਹਾਂਜੀ ਤੇ ਤੁਸੀਂ ਜਿੰਨੇ ਵੀ ਅੱਜ ਤੱਕ ਦੇ ਪ੍ਰੋਜੈਕਟ ਕੀਤੇ ਆ, ਮੈਂ ਨੋਟਿਸ ਕੀਤਾ ਕਿ ਉਹ ਉਸ ਟਾਈਮ ਜੋ ਟ੍ਰੈਂਡ ਚੱਲ ਰਿਹਾ ਸੀ ਪੰਜਾਬੀ ਮੂਵੀਜ਼ ਦੇ ਵਿੱਚ, ਉਹਦੇ ਤੋਂ ਹਟ ਕੇ ਮੂਵੀ ਹੁੰਦੀ ਸੀ ਤੁਹਾਡੀ, ਤੇ ਇਸ ਫਿਲਮ ਦੇ ਡਾਇਰੈਕਟਰ ਸਾਹਿਬ ਦੇ ਵੀ ਪ੍ਰੀਵੀਅਸ ਜਿਹੜੀ ਹਿਸਟਰੀ ਉਹ ਇਹ ਦੱਸਦੀ ਹੈ ਕਿ ਉਹਨਾਂ ਨੇ ਜਿੰਨੀਆਂ ਮੂਵੀਜ਼ ਵੀ ਬਣਾਈਆਂ ਉਹ ਜੋ ਉਸ ਟਾਈਮ ਟ੍ਰੈਂਡ ਚੱਲ ਰਹੀ ਪੰਜਾਬੀ ਮੂਵੀਜ਼ ਦਾ, ਉਹ ਤੋਂ ਹਟ ਕੇ ਸੀਗੀ, ਤੇ ਉੱਤੋਂ ਇਹਦੇ ਵਿੱਚ ਕਿੰਨੇ ਬਾ ਕਮਾਲ ਕਲਾਕਾਰ ਇਸ ਫਿਲਮ ਦਾ ਹਿੱਸਾ ਨੇ। ਕਿੰਮੀ ਜੀ, ਜਦੋਂ ਤੁਹਾਡੇ ਮੇਨ ਕੈਰੈਕਟਰਸ ਦੀ ਗੱਲ ਆਉਂਦੀ ਹੈ, ਫੇਮਸ ਕੈਰੈਕਟਰਸ ਦੀ ਗੱਲ ਆਉਂਦੀ ਹੈ, ਤਾਂ ਨਸੀਬੋ ਨੂੰ ਕੌਣ ਭੁੱਲ ਸਕਦਾ? ਹਾਂਜੀ, ਸਾਡੇ ਦਿਲਾਂ 'ਚ ਵਸਿਆ ਹੋਇਆ ਰੋਲ ਇੱਕ ਅੱਲੜ ਮੁਟਿਆਰ ਦਾ, ਤੇ ਉਸ ਟਾਈਮ ਤੇ ਤੁਹਾਡੀ ਏਜ ਬਹੁਤ ਹੀ ਘੱਟ ਸੀਗੀ, ਸਾਡੇ ਨਾਲ ਸ਼ੇਅਰ ਕਰਨਾ ਚਾਹੋਗੇ ਕਿੰਨੀ ਏਜ ਵਿੱਚ ਤੁਹਾਨੂੰ ਉਹ ਮੂਵੀ ਕਰਨ ਦਾ ਮੌਕਾ ਮਿਲਿਆ?
ਅੱਛਾ, ਮੇਰੀ ਫੇਵਰਟ ਫਿਲਮ, ਜਿੰਨੀਆਂ ਮੈਂ ਫਿਲਮਾਂ ਕੀਤੀਆਂ ਨੇ, ਮੇਰੀ ਫੇਵਰਟ ਫਿਲਮ ਨਸੀਬੋਈ ਹੈ। ਅੱਛਾ ਜੀ, ਵਾਓ। ਆਈ ਥਿੰਕ ਉਹਦਾ ਕੈਰੈਕਟਰ ਕੁੜੀ ਦਾ, ਮੈਂ 15 ਸਾਲ ਦੀ ਸੀ ਉਦੋਂ ਜਦੋਂ ਅਸੀਂ ਉਹ ਫਿਲਮ ਓ ਕੀਤੀ, ਵਾਓ, ਬਹੁਤ ਹੀ। ਹਾਈ ਸਕੂਲ 'ਚ ਟੈਕਨੀਕਲੀ ਸੀਗੇ ਤੁਸੀਂ? 10th ਕੀਤੀ ਸੀ ਮੈਂ। ਅੱਛਾ ਜੀ, 10ਵੀਂ ਖਤਮ ਕੀਤੀ ਸੀ ਅਤੇ ਉਦੋਂ ਬੋਰਡ ਦੇ ਐਗਜ਼ਾਮ ਸੀ ਅਤੇ ਉਦੋਂ ਅਗਲੇ ਦਿਨ ਹੀ ਸ਼ੂਟਿੰਗ ਸੀ ਸਾਡੀ। ਹਾਂਜੀ, ਅਸੀਂ ਹਰਿਆਣੇ 'ਚ ਸ਼ੂਟ ਕੀਤੀ ਸੀ, ਪੰਜਾਬ ਦੇ ਹਾਲਾਤ ਠੀਕ ਨਹੀਂ ਸੀ ਉਦੋਂ, ਅਸੀਂ ਜਗਾਦਰੀ 'ਚ ਸ਼ੂਟ ਕੀਤੀ ਸੀ। ਅੱਛਾ ਜੀ, ਠੀਕ ਹੈ, ਅੱਛਾ ਜੀ। ਉੱਥੇ ਨਸੀਬੋ ਦੀ ਸ਼ੂਟਿੰਗ ਹੋਈ ਹੈ ਤਾਂ ਨਸੀਬੋ ਦਾ ਮੇਰੇ ਦਿਲ ਦੇ ਬਹੁਤ ਹੀ ਕਰੀਬ ਰੋਲ ਹੈਗਾ, ਉਹ ਲੜਕੀ ਨਸੀਬੋ ਦਾ। ਔਰ ਮੈਨੂੰ, ਮੈਂ ਅਗੈਨ ਉਹੀ ਗੱਲ ਆ ਜਾਂਦੀ ਹੈ ਕਿ ਬਹੁਤ ਮੈਂ ਨਾ ਰੱਬ ਦਾ ਧੰਨਵਾਦ ਨਹੀਂ ਕਰ ਸਕਦੀ ਕਿ ਮੈਨੂੰ ਇੰਨੀਆਂ ਸੋਹਣੀਆਂ ਸੋਹਣੀਆਂ ਫਿਲਮਾਂ ਮਿਲੀਆਂ ਨੇ, ਉਹ ਵੀ ਉਦੋਂ ਜਦੋਂ ਨਾ ਮੈਂ ਕਦੇ ਟਰਾਈ ਕੀਤਾ ਸੀਗਾ, ਨਾ ਮੈਂ ਕਦੇ, ਮੇਰਾ ਗੋਲ ਸੀ ਕਿ ਹੈ ਨਾ ਵੀ ਮੈਂ ਹੀਰੋਇਨ ਬਣ ਜਾਵਾਂ, ਇਹੋ ਜਿਹੇ ਉਹ ਹੋ ਜਾਏ, ਨਥਿੰਗ। ਪਰ ਤਾਂ ਵੀ ਮੇਰੇ ਅੱਗੇ ਇੰਨੇ ਸੋਹਣੇ ਸੋਹਣੇ ਆਫਰਸ, ਇੰਨੇ ਸੋਹਣੇ ਮੈਨੂੰ ਕਿਰਦਾਰ ਕਰਨ ਨੂੰ ਮਿਲੇ। ਦਰਸ਼ਕਾਂ ਨੂੰ ਲੱਗਦਾ ਕਿ ਤੁਸੀਂ ਕਾਫੀ ਲੰਮੇ ਸਮੇਂ ਤੱਕ ਫਿਲਮੀ ਪੰਜਾਬੀ ਪੜਦੇ ਤੋਂ ਦੂਰ ਰਹੇ ਹੋ, ਪਰ ਨਾਟ ਰੀਅਲੀ, ਸਾਨੂੰ ਅਸੀਂ ਤੁਹਾਨੂੰ ਦੇਖਦੇ ਰਹਿੰਦੇ, ਤੁਸੀਂ ਕਾਫੀ ਇਨਵੋਲਵ ਰਹਿੰਦੇ ਆ ਪੰਜਾਬੀ ਕਮਿਊਨਿਟੀ ਵਿੱਚ। ਇੱਕ ਤੁਸੀਂ ਇੱਕ ਸਪੈਸ਼ਲ ਪੈਜੈਂਟ ਲੈ ਕੇ ਆਏ ਹੋ, ਮਿਸ ਐਂਡ ਮਿਸਿਸ USA ਗਲੋਬਲ। ਹਾਂਜੀ, ਤੇ ਉਹ ਪੇਜੈਂਟ ਜਿਹੜਾ ਤੁਸੀਂ ਇਹ 'ਚ ਕੀ ਖਾਸ ਹੈ, ਕੀ ਡਿਫਰੈਂਟ ਹੈ ਆਮ ਪੇਜੈਂਟਸ ਨਾਲੋਂ? ਮੈਂ ਨਾ ਹਮੇਸ਼ਾ ਬਿਲੀਵ ਕਰਦੀ ਹਾਂ ਕਿ ਜੇ ਆਪਾਂ ਚਾਹੁੰਦੇ ਹਾਂ ਸੋਸਾਇਟੀ ਤਰੱਕੀ ਕਰੇ ਤਾਂ ਔਰਤਾਂ ਦੀ ਤਰੱਕੀ ਹੋਣੀ ਬਹੁਤ ਜ਼ਰੂਰੀ ਹੈ। ਜੇ ਕੁੜੀਆਂ ਤਰੱਕੀ ਨਹੀਂ ਕਰਨਗੀਆਂ ਤਾਂ ਆਪਾਂ ਸੋਸਾਇਟੀ ਕਮਿਊਨਿਟੀ ਤਰੱਕੀ ਕਰ ਹੀ ਨਹੀਂ ਸਕਦੇ, ਬਿਲਕੁਲ, ਭਾਵੇਂ ਜਿੰਨਾ ਮਰਜ਼ੀ ਲੋਕ ਸੋਚੀ ਜਾਣ, ਹੈ ਨਾ। ਸੋ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਮੈਂ ਜੋ ਪਲੈਟਫਾਰਮ ਜੋ ਵੀ ਕਰ ਸਕਦੀ ਹਾਂ, ਮੈਂ ਕੁੜੀਆਂ ਦੀ ਤਰੱਕੀ ਲਈ ਕਰਾਂ। ਤਾਂ ਇਹ ਸਾਡਾ ਜਿਹੜਾ ਪੈਜੈਂਟ ਹੈਗਾ, ਇਹ ਵੀ ਇੱਕ ਉਪਰਾਲਾ ਹੈਗਾ ਕਿ ਅਸੀਂ ਪਲੈਟਫਾਰਮ ਦੇਈਏ ਆਪਣੀਆਂ ਭੈਣਾਂ ਨੂੰ, ਕੁੜੀਆਂ ਨੂੰ, ਲੇਡੀਜ਼ ਨੂੰ, ਕਿ ਉਹ ਪੈਜੈਂਟ ਦਾ ਹਿੱਸਾ ਬਣ ਸਕਣ, ਉਹ ਅੱਗੇ ਆ ਸਕਣ। ਕਿਉਂਕਿ ਹਰ ਲੇਡੀ ਦੀ ਨਾ, ਹਰ ਫੀਮੇਲ ਦੀ ਇੱਕ ਕਹਾਣੀ ਹੁੰਦੀ ਹੈ। ਹਾਂਜੀ, ਉਹ ਹਰ ਇੱਕ ਕੋਈ ਨਾ ਕੋਈ ਆਪਣੇ ਜਿਹੜੇ ਚੈਲੰਜਸ ਹੁੰਦੇ ਆ ਉਹ ਕ੍ਰੋਸ ਕਰਕੇ ਅੱਜ ਇੱਥੇ ਪਹੁੰਚੀ ਹੈ, ਭਾਵੇਂ ਪੜ੍ਹਾਈ ਦੇ ਖੇਤਰ 'ਚ ਹੋਵੇ, ਭਾਵੇਂ ਉਹ ਅਦਰਵਾਈਜ਼ ਸਟਰਗਲਸ ਹੋਣ। ਤਾਂ ਮੈਂ ਜਿੰਨੀਆਂ ਕੁੜੀਆਂ ਨੂੰ ਮਿਲਦੀ ਹਾਂ ਨਾ ਪੈਜੈਂਟ ਦੇ ਥਰੂ, ਮੈਂ ਉਹੀ ਦੇਖਦੀ ਹਾਂ ਵੀ ਉਹ ਕਿੰਨੀਆਂ ਇੰਸਪਾਇਰਿੰਗ ਨੇ, ਔਰ ਉਹਨਾਂ ਦੇ ਸਾਰਿਆਂ ਦੀ ਕਹਾਣੀਆਂ ਬਹੁਤ ਹੋਰਾਂ ਨੂੰ ਇੰਸਪਾਇਰ ਕਰ ਸਕਦੀਆਂ। ਅਤੇ ਇਹ ਮੇਰੀ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਇੰਸਪੀਰੇਸ਼ਨਲ ਸਟੋਰੀਜ਼ ਅੱਗੇ ਲੈ ਕੇ ਆਵਾਂ। ਔਰ ਜਿੱਥੇ ਤੱਕ ਪੈਜੈਂਟ ਦੀ ਗੱਲ ਹੈਗੀ ਹੈ, ਸਾਡੇ ਪੈਜੈਂਟ ਦੀ ਸਾਰਿਆਂ ਨੂੰ ਸ਼ੌਕ ਹੁੰਦਾ ਸਟੇਜ 'ਤੇ ਜਾਵਾਂ, ਇੱਥੇ ਮੈਂ ਰਿਪ੍ਰਜੈਂਟ ਕਰਾਂ ਔਰ ਇੱਥੇ ਪੰਜਾਬ ਨੂੰ ਰਿਪ੍ਰਜੈਂਟ ਕਰਾਂ। ਔਰ ਇਹਦੇ 'ਚ ਸਾਡਾ ਕੀ ਹੈਗਾ ਕਿ ਮੈਂ, ਮੇਰੇ ਆ ਸਟ੍ਰਿਕਟ ਹੈਗਾ ਵਾ ਕਿ ਸਾਡੇ ਪੈਜੈਂਟ ਦੇ ਵਿੱਚ ਸਾਡੇ ਐਪਲੀਕੇਸ਼ਨ ਫਾਰਮ 'ਤੇ ਕੁਛ ਨਹੀਂ ਹੈ ਕਿ ਤੁਹਾਡੀ ਹਾਈਟ ਕਿੰਨੀ ਹੈ, ਤੁਹਾਡਾ ਭਾਰ ਕਿੰਨਾ, ਤੁਹਾਡੀ ਕਮਰ ਦਾ ਮੈਜਰਮੈਂਟ ਕਿੰਨਾ, ਨਥਿੰਗ। ਤਾਂ ਮੈਂ ਚਾਹੁੰਦੀ ਹਾਂ ਮੇਰੇ ਪੈਜੈਂਟ ਦੇ ਵਿੱਚ ਸਾਰਿਆਂ ਨੂੰ ਚਾਂਸ ਮਿਲਣਾ ਚਾਹੀਦਾ। ਸੋ ਇਹ ਇੱਕ ਵੱਖਰੀ ਚੀਜ਼ ਹੈ, ਇੱਕ ਨਵੀਂ ਚੀਜ਼ ਹੈ, ਹੋਰ ਕਦੇ ਵੀ ਕਿਤੇ ਸੁਣਨ ਨੂੰ ਇਹ ਨਹੀਂ ਮਿਲੀ। ਨਹੀਂ ਤਾਂ ਸਭ ਤੋਂ ਪਹਿਲਾਂ ਫਾਰਮ 'ਤੇ ਹੀ ਹੁੰਦਾ ਮਾਡਲਿੰਗ ਦੇ ਤਾਂ ਕਿ ਹਾਈਟ ਕਿੰਨੀ ਹੈ, ਤਾਂ ਮਿਨੀਮਮ ਹਾਈਟ ਹੁੰਦੀ ਹੈ ਐਟਲੀਸਟ, ਜੋ ਮੇਰੇ ਸੁਣ 'ਚ ਆਇਆ ਸੀ 5'5" ਤਾਂ ਹੋਣੀ ਚਾਹੀਦੀ ਹੈ। ਤੇ ਬਾਕੀ ਪਤਲਾ ਤਾਂ ਮਤਲਬ ਕੁੜੀਆਂ ਜਿਵੇਂ ਨਾ ਡਾਇਟ ਕਰ ਕਰਕੇ ਆਪਦੇ ਨੂੰ ਸੁੱਕੀਆਂ ਪਈਆਂ ਹੁੰਦੀਆਂ, ਮਾਰਿਆ ਪਿਆ ਹੁੰਦਾ ਬਿਲਕੁਲ, ਉਹ ਗਲਤ ਗੱਲ ਹੈ, ਸੁੱਕੇ ਨਹੀਂ ਰਹਿੰਦੇ, ਇੱਦਾਂ ਨਹੀਂ ਕਰਦਾ। ਜਿਵੇਂ ਤੁਹਾਡਾ ਪੈਜੈਂਟ ਹੈ ਰਾਈਟ, ਇਹਦੇ ਵਿੱਚ ਬਹੁਤ ਕੁੜੀਆਂ ਨੂੰ, ਲੇਡੀਜ਼ ਨੂੰ ਆਪਣਾ ਟੈਲੈਂਟ ਦਿਖਾਉਣ ਦਾ ਮੌਕਾ ਮਿਲਦਾ, ਅਤੇ ਖਾਸ ਕਰਕੇ ਜਦੋਂ ਵਿਆਹ ਤੋਂ ਬਾਅਦ ਉਹਨਾਂ ਨੂੰ ਹੁੰਦਾ ਕਿ ਵੀ ਹੁਣ ਸਾਡੀ ਲਾਈਫ ਖਤਮ ਹੋ ਗਈ, ਵੈਸੇ ਹੁੰਦੀ ਨਹੀਂ ਪਰ ਕਈ ਕਾਫੀ ਕਈ ਵਾਰੀ ਹੋ ਜਾਂਦੀ ਹੈ, ਹੈ ਨਾ। ਇੱਕ ਇੰਪਾਵਰਿੰਗ ਜਿਵੇਂ ਪੈਜੈਂਟ ਹੈ, ਅਤੇ ਸਾਨੂੰ ਇਨਫੋਰਮੇਸ਼ਨ ਦਿਓਗੇ ਹੁੰਦਾ ਕਿੱਥੇ ਆ, ਅਤੇ ਕੌਣ ਕੌਣ ਇਹ 'ਚ ਪਾਰਟੀਸਪੇਟ ਕਰ ਪਾਉਂਦਾ, ਜਿਵੇਂ ਕਿ ਕੈਨੇਡਾ ਤੋਂ ਜਾਂ ਇੰਟਰਨੈਸ਼ਨਲ ਜਾਂ ਲੋਕਲੀ ਹੈ? ਇਹ ਸਾਡਾ ਪੈਜੈਂਟ ਕੈਲੀਫੋਰਨੀਆ 'ਚ ਹੁੰਦਾ ਵਾ। ਅੱਛਾ ਜੀ, ਐਲਏ ਦੇ ਕੋਲੇ,
ਤੇ ਅਸੀਂ ਕਿਉਂਕਿ ਮੈਂ ਉੱਥੇ ਰਹਿੰਦੀ ਹਾਂ ਤਾਂ ਉਹ ਮੈਨੂੰ ਈਜ਼ੀ ਲੱਗਦਾ ਵਾ ਕਿ ਉੱਥੇ ਹੀ ਹੋਵੇ। ਤੇ ਹੁਣ ਜੇ ਆਉਣ ਵਾਲਾ ਪੇਸ਼ੈਂਟ ਉਹ ਆਪਣਾ ਹੈਗਾ ਅਕਤੂਬਰ 6 ਨੂੰ। ਅੱਛਾ ਜੀ, ਸੋ ਜਸਟ ਤੇ ਕਿਹੜੀ ਜਗ੍ਹਾ ਹੁੰਦਾ ਹੈ ਲੋਕੇਸ਼ਨ? ਐਲਏ। ਐਲਏ, ਠੀਕ ਹੈ ਜੀ, ਠੀਕ ਹੈ ਜੀ। ਔਰ ਸਾਰੇ ਪਾਰਟਿਸਿਪੇਟ ਕਰ ਸਕਦੇ ਨੇ। ਕਿਵੇਂ ਜੀ, ਮੈਨੂੰ ਦੱਸਿਓ ਕਿ ਮੈਂ ਸੁਣਿਆ ਵਾ ਇੱਦਾਂ ਕਿ ਕਿਉਂਕਿ ਜਦੋਂ ਪੇਰੈਂਟਸ ਆਪਣੇ, ਚਾਹੇ ਉਹ ਆਪਾਂ ਪੰਜਾਬ ਤੋਂ ਆ ਜਾਂ ਕਿਤੇ ਵੀ, ਪੇਰੈਂਟਸ ਦਾ ਕੰਸਰਨ ਹੁੰਦੇ ਹੀ ਹੈ ਇੱਕ ਸੇਫਟੀ ਨੂੰ ਲੈ ਕੇ ਗਰਲਸ ਦੀ ਨੂੰ, ਸਪੈਸ਼ਲੀ ਜਦੋਂ ਉਹ ਇਸ ਇੰਡਸਟਰੀ ਨੂੰ ਜੁਆਇਨ ਕਰਨਾ ਚਾਹੁੰਦੇ ਨੇ। ਅਸੀਂ ਸੁਣਿਆ ਕਿ ਜਿਹੜੇ ਤੁਹਾਡੇ ਪੇਜੈਂਟ ਦੇ ਵਿੱਚ ਸਿਲੈਕਟਿੰਗ ਪੈਨਲ ਹੈਗਾ ਵਾ ਜਾਂ ਜੱਜਿੰਗ ਪੈਨਲ ਹੈਗਾ, ਉਹ ਬੜਾ ਸੋਚ ਸਮਝ ਕੇ ਬਣਾਇਆ ਗਿਆ, ਕੀ ਥਾਟ ਪ੍ਰੋਸੈਸ ਸੀ ਉਹਦੇ ਬਿਹਾਈਂਡ? ਤੁਸੀਂ ਆਪ ਦਰਸ਼ਕਾਂ ਨਾਲ ਸ਼ੇਅਰ ਕਰੋ। ਸਾਡੀ ਫੈਸ਼ਨ ਦੇ ਵਿੱਚ ਜਿਹੜਾ ਮੈਂ ਕਹਿੰਦੀ ਹਾਂ ਕਿ ਸਾਡਾ ਆਰਗੇਨਾਈਜ਼ਿੰਗ ਪੈਨਲ ਹੈਗਾ ਨਾ ਸਾਰਾ, ਉਹਦੇ ਵਿੱਚ ਸਿਰਫ ਫੀਮੇਲਸ ਨੇ, ਕਿਉਂਕਿ ਮੈਂ ਡੈਲੀਬਰੇਟਲੀ ਅਸੀਂ ਕਿਸੇ ਮੇਲ ਨੂੰ ਇਨਵੋਲਵ ਨਹੀਂ ਕੀਤਾ। ਮੈਂ ਮੇਲਸ ਦੇ ਅਗੇਂਸਟ ਨਹੀਂ ਹਾਂ, ਉਹ ਬਹੁਤ ਜ਼ਰੂਰੀ ਪਾਰਟ ਨੇ ਸਾਡੀ ਪੂਰੀ ਕਮਿਊਨਿਟੀ ਦਾ, ਸਾਡਾ ਹੈ ਨਾ, ਪਰ ਪੈਜਨ ਦੇ ਵਿੱਚ ਨਹੀਂ ਕੀਤਾ ਜਿਹੜੀ ਮੇਨ ਆਰਗੇਨਾਈਜ਼ਿੰਗ ਕਮੇਟੀ ਹੈਗੀ ਉਹਦੇ ਵਿੱਚ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਕਿਸੇ ਨੂੰ ਨਾ ਲਾਈਕ ਲੱਗੇ ਕਿ ਉਹ ਹੋ ਅਸੀਂ ਆਪਣੀ ਕੁੜੀ ਨੂੰ ਕਿੱਦਾਂ ਭੇਜੀਏ, ਜਾਂ ਕੋਈ ਕੁੜੀ ਸੋਚੇ ਕਿ ਮੈਂ ਕਿੱਦਾਂ ਪਾਰਟੀਸਿਪੇਟ ਕਰਨਾ, ਚ ਬੰਦੇ ਵੀ ਹੈਗੇ ਨੇ, ਬੰਦੇ ਨੂੰ ਮੈਂ ਇੰਪ੍ਰੈਸ ਕਰਨਾ, ਇਹ ਕਰਨਾ, ਨਹੀਂ ਨਹੀਂ ਕੁਛ ਨਹੀਂ ਹੈ, ਸਿਰਫ ਫੀਮੇਲਸ ਨੇ ਜਿਹੜੀਆਂ ਕਿ ਮੇਨ ਪੈਨਲ 'ਤੇ। ਔਰ ਜਿਹੜੇ ਜੱਜਸ ਨੇ ਉਹ ਨੈਚੁਰਲੀ ਸਾਡੇ ਸਾਰੇ ਹੁੰਦੇ ਨੇ, ਸਾਡੇ ਮੇਲਸ ਵੀ ਹੁੰਦੇ, ਕਿਉਂਕਿ ਜ਼ਿੰਦਗੀ ਦੇ ਵਿੱਚ ਆਪਾਂ ਸਿਰਫ ਜਨਾਨੀਆਂ ਮੂਹਰੇ ਥੋੜ੍ਹਾ ਜਾਣਾ। ਐਗਜੈਕਟਲੀ, ਹੈਵ ਟੂ ਫੇਸ ਐਂਡ ਆਰ ਵਰਲਡ ਐਂਡ ਵਰਲਡ ਇਜ਼ ਫੁੱਲ ਆਫ ਲਾਈਕ, ਸਾਰੀ ਦੁਨੀਆ ਸਾਰਿਆਂ ਨਾਲ ਭਰੀ ਹੈ, ਬਹੁਤ ਚੰਗੇ ਲੋਕ ਨੇ ਪਰ ਬਹੁਤ ਮਾੜੇ ਮਾੜੇ ਲੋਕ ਵੀ ਨੇ। ਸੋ ਇਟਸ ਯੂ ਨੋ, ਤਾਂ ਤੁਹਾਨੂੰ ਐਟਲੀਸਟ ਕੌਨਫੀਡੈਂਟਲੀ ਸਾਰਿਆਂ ਨੂੰ ਫੇਸ ਕਰਨਾ ਜ਼ਰੂਰੀ ਹੈ। ਕਿਵੇਂ ਜੀ, ਤੁਸੀਂ ਇੱਕ ਕਾਫੀ ਲੰਬਾ ਪੈਂਡਾ ਤੈਅ ਕੀਤਾ ਇੰਡਸਟਰੀ ਵਿੱਚ, ਪੰਜਾਬੀ ਇੰਡਸਟਰੀ ਵਿੱਚ ਤੇ ਐਂਡ ਫੈਸ਼ਨ ਇੰਡਸਟਰੀ ਵਿੱਚ, ਤੇ ਤੁਸੀਂ ਜਿੱਦਾਂ ਕੋਈ ਐਨੀ ਡਿਫਿਕਲਟੀਜ਼ ਤੁਸੀਂ ਫੇਸ ਕੀਤੀਆਂ ਹੋਣ ਆਪਣੇ ਪੂਰੇ ਕਰੀਅਰ ਦੇ ਵਿੱਚ? ਜੇ ਫਿਲਮ ਇੰਡਸਟਰੀ ਦੀ ਗੱਲ ਕਰਦੇ ਹੋ ਤਾਂ ਨਹੀਂ, ਮੈਂ ਕਦੀ ਕੋਈ ਡਿਫਿਕਲਟੀ ਐਸ ਸੱਚ ਨਹੀਂ ਫੇਸ ਕੀਤੀ। ਆਈ ਨੋ ਹੁਣ ਲੱਗਦਾ ਕਿ ਵੀ ਕਹਾਣੀ ਉਹ ਬਣਦੀ ਹੈ ਜਿੱਥੇ ਬਹੁਤ ਮੈਂ ਡਿਫਿਕਲਟੀਜ਼ ਫੇਸ ਕੀਤੀਆਂ, ਫਿਰ ਮੈਂ ਆਹ ਕੀਤਾ ਉਹ ਕੀਤਾ, ਉਹ ਨਹੀਂ ਹੈ। ਮੈਂ ਨਹੀਂ ਡਿਫਿਕਲਟੀਜ਼ ਫੇਸ ਕੀਤੀਆਂ, ਕਿਉਂਕਿ ਮੇਰਾ ਕਿਸੇ ਨਾਲ ਵੀ ਕੰਮ ਕਰਨ ਦਾ, ਨੋਟ ਜਸਟ ਫਿਲਮ ਇੰਡਸਟਰੀ ਬਟ ਈਵਨ ਅਦਰਵਾਈਜ਼ ਕੰਮ ਕਰਨ ਦਾ ਮੇਨ ਮੇਰਾ ਹੁੰਦਾ ਕਿ ਜਿਹੜੇ ਇਨਸਾਨ ਨਾਲ ਮੈਂ ਕੰਮ ਕਰ ਰਹੀ ਹਾਂ, ਜਿਹੜੇ ਫਿਲਮ ਇੰਡਸਟਰੀ ਕਹਿ ਲਈਏ ਮੈਂ ਡਾਇਰੈਕਟਰ ਨਾਲ ਜਾਂ ਪ੍ਰੋਡਕਸ਼ਨ ਯੂਨਿਟ ਜਿਹਦੇ ਨਾਲ ਕੰਮ ਕਰ ਰਹੀ ਹਾਂ, ਉਹ ਅੱਛੇ ਕੁਆਲਿਟੀ ਦੇ ਲੋਕ ਹੋਣੇ ਚਾਹੀਦੇ ਨੇ, ਹੈ ਨਾ। ਮੈਂ ਕਿਸੇ ਚਾਲੂ ਲੋਕਾਂ ਨਾਲ, ਚਾਲੂ ਫਿਲਮਾਂ ਬਣਾਉਣ ਵਾਲਿਆਂ ਨਾਲ ਮੈਂ ਕਦੀ ਕਦੀ ਉਹਨਾਂ ਨਾਲ ਮੈਂ ਕੰਮ ਹੀ ਨਹੀਂ ਕੀਤਾ, ਤਾਂ ਮੈਂ ਨਹੀਂ ਕਹਿ ਸਕਦੀ ਕਿ ਮੈਨੂੰ ਕੋਈ ਪ੍ਰੋਬਲਮਸ ਆਈਆਂ, ਨਹੀਂ ਨਹੀਂ ਆਈਆਂ। ਔਰ ਮੈਂ ਇਹ ਸਾਰੀਆਂ ਕੁੜੀਆਂ ਨੂੰ ਵੀ ਕਹਿਣਾ ਚਾਹੂੰਗੀ ਕਿ ਜੇ ਤੁਸੀਂ ਕੰਮ ਕਰ ਰਹੇ ਹੋ ਤਾਂ ਹਮੇਸ਼ਾ ਅੱਛੀ ਕੁਆਲਿਟੀ ਦੇ ਲੋਕਾਂ ਨਾਲ ਹੀ ਕੰਮ ਕਰੋ, ਭਾਵੇਂ ਥੋੜ੍ਹਾ ਕੰਮ ਕਰੋ, ਹਾਂਜੀ, ਨਹੀਂ ਤਾਂ ਫਿਰ ਇਟਸ ਨੋਟ ਰਾਈਟ, ਨਹੀਂ ਤਾਂ ਫਿਰ ਤੁਹਾਡੇ ਸੈਡ ਐਕਸਪੀਰੀਅੰਸਿਸ ਰਹਿ ਜਾਂਦੇ, ਫਿਰ ਤੁਹਾਨੂੰ ਫਿਰ ਸਾਰਾ ਉਹ, ਫਿਰ ਬਹੁਤ ਵਾਰੀ ਹੁੰਦਾ ਕਿ ਤੁਸੀਂ ਕਾਮਯਾਬ ਨਹੀਂ ਹੋ ਸਕੋਗੇ ਕਿਉਂਕਿ ਉਹ ਤੁਹਾਨੂੰ ਚਾਲੂ ਕੰਮ ਦੇਣਗੇ, ਨਹੀਂ ਨਹੀਂ। ਔਰ ਕੋਈ ਉਰੇ ਇੱਕ ਬਹੁਤ ਵੱਡਾ ਵਰਡ ਆਉਂਦਾ ਕੰਪਰੋਮਾਈਜ਼ ਕਰਨਾ, ਨੋ, ਦੇਰ ਇਜ਼ ਨੋ ਨੀਡ ਟੂ ਕੰਪਰੋਮਾਈਜ਼ ਔਨ ਯੋਰ ਪ੍ਰਿੰਸੀਪਲਸ। ਆਪਣੇ ਤੁਹਾਡੇ ਜੋ ਮੋਰਲਸ ਨੇ, ਤੁਹਾਡੇ ਪ੍ਰਿੰਸੀਪਲਸ ਨੇ, ਉਹ ਤੇ ਕਿਸੇ ਲਈ ਵੀ ਕਦੇ ਵੀ ਕੰਪਰੋਮਾਈਜ਼ ਮੈਂ ਨਹੀਂ ਕਰਨ ਚ ਬਿਲੀਵ ਕਰਦੇ। ਜਿਵੇਂ ਤੁਸੀਂ ਅੱਗੇ ਮੈਂਸ਼ਨ ਕੀਤਾ ਕਿ ਹਰ ਥਾਂ ਲੋਕ ਚੰਗੇ ਵੀ ਹੁੰਦੇ ਨੇ, ਮਾੜੇ ਵੀ ਹੁੰਦੇ ਨੇ, ਥੋੜਾ ਜਿਹਾ ਆਪ ਨੂੰ ਸੋਚ ਸਮਝ ਕੇ ਕੰਮ ਅੱਗੇ ਵੀ ਮਿਲ ਜਾਂਦਾ, ਜੇ ਤੁਹਾਨੂੰ ਵਾਈਬ ਚੰਗੀ ਨਹੀਂ ਆ ਰਹੀ ਕਿਸੇ ਤੋਂ, ਤਾਂ ਆਈ ਥਿੰਕ ਸਟੈਪ ਬੈਕ ਕਰ ਲੈਣਾ ਕੋਈ ਮਾੜੀ ਗੱਲ ਨਹੀਂ ਹੈ, ਤੁਹਾਨੂੰ ਕਰਨਾ ਚਾਹੀਦਾ ਇੱਦਾਂ। ਤੇ ਤੁਸੀਂ ਇੱਕ ਸੈਟ ਐਗਜ਼ਾਮਪਲ ਸੈਟ ਕੀਤੀ ਹੈ ਕੁੜੀਆਂ ਲਈ, ਯੰਗਸਟਰਸ ਲਈ, ਕਿ ਇਹ ਕੰਪਰੋਮਾਈਜ਼ ਵਰਡ ਐਂਡ ਕੁਛ ਮਤਲਬ ਡਰ ਕੇ ਕੰਮ ਕਰਨਾ, ਹਾਂਜੀ, ਜ਼ਰੂਰਤ ਨਹੀਂ ਇਸ ਚੀਜ਼ ਦੀ, ਬਿਲਕੁਲ ਬਿਲਕੁਲ ਨਹੀਂ। ਜੇ ਤੁਹਾਨੂੰ ਕੰਪਰੋਮਾਈਜ਼ ਕਰਨਾ ਪੈ ਰਿਹਾ ਤਾਂ ਚਾਂਸਸ ਆਰ ਕਿ ਉਹ ਤੁਹਾਡੀ ਕਲਾ ਦੀ ਕੋਈ ਕੀਮਤ ਨਹੀਂ ਰੱਖਦਾ, ਹਾਂਜੀ, ਤਾਂ ਦੈਟ ਵਾਸ ਅ ਪੁਆਇੰਟ, ਰਾਈਟ ਰਾਈਟ ਰਾਈਟ।
ਜਿਵੇਂ ਕਿ ਅਸੀਂ ਕਿੰਮੀ ਜੀ ਦੇ ਨਾਲ ਗੱਲ ਕਰ ਰਹੇ ਸੀ, ਹੁਣ ਤੁਹਾਨੂੰ ਅਗਲੇ ਸੈਗਮੈਂਟ 'ਚ ਲੈ ਕੇ ਚੱਲਦੇ ਹਾਂ, ਜਿਨ੍ਹਾਂ ਦੇ ਵਿੱਚ ਅਸੀਂ ਇਹਨਾਂ ਤੋਂ ਪੁੱਛਾਂਗੇ ਕਿ ਇਹ ਗੱਲਾਂ ਅਫਵਾਹ ਨੇ ਕਿ ਰਿਐਲਿਟੀ ਨੇ। ਰਾਜਪ੍ਰੀਤ ਜੀ, ਹਾਂਜੀ ਕਿੰਮੀ ਜੀ, ਅਸੀਂ ਤੁਸੀਂ ਸਿਰਫ ਇੰਨਾ ਹੀ ਦੱਸਣਾ ਕਿ ਅਫਵਾਹ ਵਾ ਕਿ ਇਹ ਸੱਚ ਵਾ। ਓਕੇ, ਹਾਂਜੀ ਸਾਰੇ ਸੁਣਨ 'ਚ ਆਇਆ ਵਾ ਕਿ ਜਦੋਂ ਤੁਸੀਂ ਉਹ ਮੂਵੀ ਕੀਤੀ ਸੀਗੀ ਜਿਹਦੇ ਵਿੱਚ ਤੁਸੀਂ ਐਕਟਿਵਾ ਦੇ ਉੱਤੇ ਤੁਹਾਡਾ ਰੋਲ ਸੀਗਾ, ਉਸ ਤੋਂ ਬਾਅਦ ਵਿੱਚ ਐਕਟਿਵਾ ਦੀ ਸੇਲ ਇੰਨੀ ਵੱਧ ਗਈ ਸੀਗੀ ਕਿ ਤੁਹਾਨੂੰ ਉਹਨਾਂ ਨੇ ਸਪੈਸ਼ਲੀ ਲੈਟਰ ਲਿਖੀ ਸੀ, ਥੈਂਕ ਯੂ ਲੈਟਰ, ਜਿਹਦੇ ਵਿੱਚ ਉਹਨਾਂ ਮੈਂਸ਼ਨ ਕੀਤਾ ਸੀ ਕਿ ਉਹਨਾਂ ਦੀ ਸੇਲ ਬਹੁਤ ਇਨਕਰੀਜ਼ ਹੋ ਗਈ ਤੁਹਾਡੇ ਉਸ ਰੋਲ ਤੋਂ ਬਾਅਦ। ਇਹ ਸੱਚ ਆ ਕਿ ਅਫਵਾਹ? ਇਹ ਸੱਚ। ਅੱਛਾ ਜੀ। ਔਰ ਇੱਕ ਚੈੱਕ ਵੀ ਭੇਜਿਆ ਸੀ, ਸੋ ਇਹ ਸੱਚ ਹੈ। ਵਾਹ ਜੀ ਵਾਹ। ਤੇ ਨੈਕਸਟ ਅਫਵਾਹ ਇਹ ਹੈ ਕਿ ਤੁਸੀਂ ਜਿੰਨੀਆਂ ਮੂਵੀਜ਼ ਕੀਤੀਆਂ ਉਹ ਤੋਂ ਕਿਤੇ ਜ਼ਿਆਦਾ ਤੁਸੀਂ ਰਿਜੈਕਟ ਕੀਤੀਆਂ। ਇਹ ਅਫਵਾਹ ਨਹੀਂ ਹੈ, ਇਹ ਸੱਚ ਹੈ। ਠੀਕ ਹੈ ਜੀ। ਤੇ ਅਗਲੀ ਅਫਵਾਹ ਇਹ ਹੈ ਕਿ ਜਿਹੜਾ ਦਿਲਜੀਤ ਜੀ ਦਾ ਸੌਂਗ ਆ ਕਿੰਨੀ ਕਿੰਨੀ, ਉਹ ਤੁਹਾਡੇ ਤੇ ਪਹਿਲਾਂ ਫਰਮਾਇਆ ਗਿਆ ਸੀ ਕਿੰਮੀ ਕਿੰਮੀ, ਫਿਰ ਉਹਨਾਂ ਨੂੰ ਰਾਈਟਸ ਤੋਂ ਡਰਦੇ ਨੇ, ਉਹਨਾਂ ਨੇ ਜਿਹੜਾ ਸੌਂਗ ਦੀ ਜਿਹੜੇ ਲਿਰਿਕਸ ਬਦਲ ਦਿੱਤੇ ਸੀਗੇ। ਇਹ ਤਾਂ ਆਈ ਵਿਸ਼ ਅਫਵਾਹ ਨਾ ਹੁੰਦੀ, ਪਰ ਇਹ ਅਫਵਾਹ ਮੈਨੂੰ ਬੜਾ ਅੱਛਾ ਲੱਗਦਾ, ਮੈਨੂੰ ਕਿੰਨੀ ਕਿੰਨੀ ਲੱਗਾ ਕਿੰਮੀ ਕਿੰਮੀ, ਮੈਨੂੰ ਵੀ ਬਹੁਤ ਵਧੀਆ ਲੱਗਾ। ਮੈਂ ਦਿਲਜੀਤ ਦੀ ਬਹੁਤ ਵੱਡੀ ਫੈਨ ਹਾਂ, ਉਹਨਾਂ ਨੇ ਤਾਂ ਬਿਲਕੁਲ ਪੰਜਾਬੀਆਂ ਦੇ ਇੱਕ ਲੈਵਲ ਹੀ ਪਸੰਦ ਕਰਦੇ ਹੋ, ਇੱਕ ਪੰਜਾਬ ਦੀ ਤੇ ਇੱਕ ਇਕੱਲੇ ਦੀ? ਪੰਜਾਬ ਦਾ ਮੈਨੂੰ ਸਾਰਾ ਕੁਛ ਬਹੁਤ ਪਸੰਦ ਹੈ, ਸਾਰਾ ਕੁਛ ਉੱਥੇ ਦੀ। ਆਈ ਵਿਸ਼ ਕਿ ਆਪਾਂ ਨਹਿਰਾਂ ਨੂੰ, ਵਾਤਾਵਰਨ ਨੂੰ ਜ਼ਿਆਦਾ ਸਾਫ਼ ਰੱਖ ਸਕੀਏ। ਡੈਫੀਨੇਟਲੀ ਪੰਜਾਬ ਦਾ ਸਾਰਾ ਕੁਛ ਪਸੰਦ ਹੈ, ਐਂਡ ਐਲਏ ਦਾ ਵੀ ਸਾਰਾ ਕੁਛ ਪਸੰਦ ਹੈ। ਮੈਨੂੰ ਇਹ ਲੱਗਦਾ ਹੁੰਦਾ ਕਿ ਆਪਣਾ ਜਿੱਥੇ ਦਾਣਾ ਪਾਣੀ ਦਿਖਿਆ ਹੁੰਦਾ ਆਪਾਂ ਉੱਥੇ ਪਹੁੰਚ ਜਾਂਦੇ ਹਾਂ, ਤੇ ਉੱਥੇ ਆਪਾਂ ਪਹੁੰਚੇ ਹੁੰਦੇ ਹਾਂ ਤਾਂ ਜਿੱਥੇ ਆਪਾਂ ਰਹਿੰਦੇ ਹਾਂ ਆਪਾਂ ਨੂੰ ਉਹ ਥਾਂ ਨੂੰ ਉਹਦੀ ਹਮੇਸ਼ਾ ਮਤਲਬ ਉਦੋਂ ਜ਼ਿਆਦਾ ਤੋਂ ਜ਼ਿਆਦਾ ਵਧੀਆ ਹੀ ਸੋਚਣਾ ਚਾਹੀਦਾ। ਹਾਂਜੀ ਹਾਂਜੀ, ਐਲਏ ਵੀ ਮੈਨੂੰ ਬਹੁਤ ਪਸੰਦ ਹੈ। ਠੀਕ ਹੈ ਠੀਕ ਹੈ। ਔਰ ਮੈਨੂੰ ਇੱਕ ਇਹ ਬਹੁਤ ਅੱਛਾ ਲੱਗਦਾ ਜਿਵੇਂ ਆਪਾਂ ਜਦੋਂ ਪੰਜਾਬ ਤੋਂ ਬਾਹਰ ਰਹਿੰਦੇ ਹਾਂ, ਅਮੈਰੀਕਾ 'ਚ ਰਹਿੰਦੇ ਹਾਂ ਜਾਂ ਕਿਤੇ ਵੀ, ਤੇ ਇੱਥੇ ਜਜਮੈਂਟਲ ਘੱਟ ਨੇ ਲੋਕ। ਹਾਂਜੀ ਟਰੂ। ਇੱਥੇ ਨਾ ਲੋਕ ਤੁਹਾਡੇ ਨਹੀਂ ਮਗਰ ਪੈਂਦੇ ਵੀ ਉਹ ਹੋਏ ਨੇ ਆਹ ਕਰਦਾ ਆਹ ਜੀ ਇੰਨੇ ਵਜੇ ਕੀ ਕਰਦੇ, ਨਥਿੰਗ। ਤੇ ਮੈਨੂੰ ਇੱਥੇ ਦੀ ਆਜ਼ਾਦੀ ਆਜ਼ਾਦੀ ਅੱਛੀ ਲੱਗਦੀ, ਔਰ ਮੇਰੇ ਖਿਆਲ ਬਹੁਤ ਜ਼ਰੂਰੀ ਹੈ ਸਾਰਾ। ਹਾਂਜੀ ਬਿਲਕੁਲ ਬਿਲਕੁਲ ਬਿਲਕੁਲ। ਇੱਕ ਹੈਬਿਟ ਜਿਹੜੀ ਤੁਸੀਂ ਆਪਣੇ ਬਾਰੇ ਚੇਂਜ ਕਰਨਾ ਚਾਹੁੰਦੇ ਆ? ਕੁਛ ਵੀ ਨਹੀਂ। ਕੁਛ ਵੀ ਨਹੀਂ, ਠੀਕ ਹੈ, ਲੋੜ ਹੀ ਨਹੀਂ ਗੱਲ ਇਹ, ਦੈਟਸ ਅ ਕੰਫੀਡੈਂਸ। ਕੁਛ ਵੀ ਨਹੀਂ, ਮੈਂ ਆਪਣੀ ਫੇਵਰਿਟ ਨੂੰ, ਮੈਂ ਚਾਹੂੰਗੀ ਹੋਰ ਵਧੀਆ ਵਧੀਆ ਹੈਬਿਟਸ ਸ਼ੁਰੂ ਕਰ ਲਾਂ, ਬਟ ਨਥਿੰਗ ਦੈਟ ਆਈ ਵਾਂਟ ਚੇਂਜ। ਠੀਕ ਹੈ। ਤੇ ਇੱਕ ਚੀਜ਼ ਐਦਾਂ ਦੀ ਜੋ ਜਿਹਦਾ ਤੁਸੀਂ ਫੋਬੀਆ ਫੀਲ ਕਰਦੇ ਹੋ, ਤੁਸੀਂ ਅਵੋਇਡ ਕਰਦੇ ਹੋ, ਜਿਵੇਂ ਕਿ ਮੈਨੂੰ ਜੇ ਪਾਣੀ ਤੋਂ ਬਹੁਤ ਡਰ ਲੱਗਦਾ ਕਿ ਓਸ਼ਨ ਦੇ ਵਿਚਾਲੇ ਜਾ ਕੇ ਜਾਣਾ ਫੀਲ ਕਰਨਾ ਕਿ ਕਿੱਦਾਂ ਦਾ ਫੀਲ ਹੋਊਗਾ, ਮੈਨੂੰ ਬਹੁਤ ਡਰ ਲੱਗਦਾ। ਮੈਨੂੰ ਫੋਬੀਆ ਕੋਈ ਵੀ ਨਹੀਂ ਹੈ, ਮੈਂ ਸੱਚੀ ਕਹਿੰਦੀ ਹਾਂ, ਜੇ ਨਾ ਮੈਨੂੰ ਕੋਈ ਕਵੇ ਕਿ ਇੱਕ ਵਾਰ ਟੈਟੂ ਕਰਾਉਣਾ ਕੀ ਕਰਾਂਗੇ, ਫੇਅਰਲੈਸ, ਮੈਨੂੰ ਡਰ ਨਹੀਂ। ਸੋ ਕੋਈ ਵੀ ਰਾਈਡਸ ਤੇ ਜਾਣ ਦਾ, ਪਾਣੀ 'ਚ ਜਾਣ ਦਾ, ਉਚਾਈ ਦਾ? ਮੈਂ ਸਰਟੀਫਾਈਡ ਸਕਾਈ ਡਾਈਵਰ ਹਾਂ, ਤਾਂ ਮੈਂ ਜਹਾਜ਼ ਤੋਂ ਜੰਪ ਕੀਤੇ ਹੋਏ ਬਹੁਤ ਸਾਰੇ, ਤੇ ਮੈਨੂੰ ਡਰ ਇੱਦਾਂ ਨਹੀਂ ਲੱਗਦਾ। ਖਾਲੀ ਇੱਕ ਚੀਜ਼ ਦਾ ਡਰ ਲੱਗਦਾ ਹੁੰਦਾ ਮੈਨੂੰ ਕਿ ਮੈਂ ਨਹੀਂ ਚਾਹੁੰਦੀ ਕਿ ਕੋਈ ਵੀ ਫੈਮਲੀ ਮੈਂਬਰ ਨੂੰ ਜਾਂ ਕਿਸੇ ਨੂੰ ਵੀ ਕੋਈ ਮੈਂਟਲ ਇਲਨੈਸ ਜਾਂ ਕੋਈ ਮੈਂਟਲ ਹੈਲਥ ਇਸ਼ੂ ਜਾਂ ਅਦਰਵਾਈਜ਼ ਹੈਲਥ ਇਸ਼ੂਸ ਹੋਣ, ਕਿਉਂਕਿ ਆਈ ਥਿੰਕ ਹੈਲਥ ਸਭ ਤੋਂ ਵੱਡੀ ਇੰਪੋਰਟੈਂਟ ਚੀਜ਼ ਹੈ, ਬਾਕੀ ਸਾਰੀਆਂ ਚੀਜ਼ਾਂ ਆ ਜਾਂਦੀਆਂ। ਬਟ ਆਈ ਥਿੰਕ ਸਿਰਫ ਜੇ ਕੋ
ਕਿਹੜੀ ਚੀਜ਼ ਤੋਂ ਡਰ ਲੱਗਦਾ? ਸਿਰਫ ਇਹ ਚੀਜ਼ ਉਹ ਚੀਜ਼ ਹੈਗੀ ਹੈ ਜਿਹੜਾ ਮੈਨੂੰ ਹੈਗਾ ਕਿ ਨਹੀਂ, ਬਿਪਤਾ ਨਹੀਂ ਆਉਣੀ ਚਾਹੀਦੀ, ਹਾਂਜੀ ਸਪੈਸ਼ਲੀ ਸਿਹਤ ਨੂੰ ਲੈ ਕੇ। ਰਾਈਟ 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 ਬਿਲਕੁਲ ਬਿਲਕੁਲ, ਜਾਣਾ ਤਾਂ ਬਿਜ਼ਨਸ ਚੱਲੇ ਆਉਣੀ ਚਾਹੀਦੀ, ਉਹ ਦੱਸ ਚੱਲੇ, ਹਾਂਜੀ ਪਰ ਸਿਹਤ ਨੂੰ ਲੈ ਕੇ ਹਾਂਜੀ ਕਿਸੇ ਦੀ ਵੀ ਬਿਪਤਾ ਨਹੀਂ ਆਉਣੀ ਚਾਹੀਦੀ। ਦੇਖ ਕੇ ਵੀ ਬਹੁਤ ਕਨੈਕਸ਼ਨ ਫੀਲ ਹੁੰਦਾ ਵਾ ਕਿ ਅਸੀਂ ਤਾਂ ਵੱਡੇ ਹੋ ਰਹੇ ਹਾਂ, ਇਸ ਚੀਜ਼ ਦੀ ਖੁਸ਼ੀ ਆ, ਪਰ ਉਹ ਓਲਡ ਹੋ ਰਹੇ ਆ। ਮੈਂ ਬਹੁਤ ਖੁਸ਼ ਹਾਂ ਕਿ ਮੇਰੇ ਮੰਮੀ ਡੈਡੀ ਮੇਰੇ ਕੋਲ ਰਹਿੰਦੇ ਆ, ਮੇਰੇ ਨਾਲ ਰਹਿੰਦੇ ਆ, ਤਾਂ ਆਈ ਥਿੰਕ ਇਹ ਮਦਦ ਕਰਦਾ ਬਹੁਤ। ਹਾਂਜੀ ਇਮੋਸ਼ਨਲੀ ਵੀ ਬਹੁਤ ਹੈਲਪ ਕਰਦਾ। ਹਾਂਜੀ ਹਾਂਜੀ, ਔਰ ਮਾਵਾਂ ਦੀ, ਕੁੜੀਆਂ ਮਾਵਾਂ ਦੀਆਂ ਬੈਸਟ ਫਰੈਂਡਸ ਹੁੰਦੀਆਂ। ਹਾਂਜੀ ਸੋ ਆਮ ਮੈਂ ਮਦਰਸ ਬੈਸਟ ਫਰੈਂਡ, ਔਰ ਪਾਪਾ ਦੀ ਵੀ ਬੈਸਟ ਫਰੈਂਡ। ਤੇ ਜਦੋਂ ਤੁਸੀਂ ਕਿਸੇ ਪਰਸਨ ਨੂੰ ਪਹਿਲੀ ਵਾਰੀ ਮਿਲਦੇ ਹੋ, ਕੀ ਖਾਸ ਉਹ ਚ ਨੋਟਿਸ ਕਰਦੇ ਹੋ? ਐਨੀ ਟ੍ਰੇਟ ਔਰ ਹੈਬਿਟ ਔਰ ਫੇਸ਼ੀਅਲ ਐਕਸਪ੍ਰੈਸ਼ਨਸ? ਔਰ ਆਈ ਥਿੰਕ ਜਿਹੜੀ ਆਪਾਂ ਕਹੀਏ ਵੀ ਕੋਈ ਚੀਜ਼ ਜਿਹੜੀ ਮੈਂ ਵਾਕਈ ਨੋਟਿਸ ਹੁੰਦੀ ਹੈ ਮੈਨੂੰ, ਉਹ ਹੈਗੀ ਆ ਪਰਸਨ ਦੀ ਔਥੈਂਟਿਸਿਟੀ। ਠੀਕ ਹੈ, ਉਹ ਕਿੰਨੇ ਉਹਨਾਂ ਦੀ ਸਮਾਈਲ, ਉਹਨਾਂ ਦੀਆਂ ਕਿੱਦਾਂ ਉਹ ਗੱਲ ਕਰਦੇ ਨੇ, ਉਹ ਚੀਜ਼ਾਂ ਮੈਨੂੰ ਬਹੁਤ ਇੰਪ੍ਰੈਸ ਕਰਦੀਆਂ ਨੇ। ਬਾਕੀ ਉਹਨਾਂ ਨੇ ਕਿਹੜਾ ਫਲਾਨਾ ਬੈਗ ਚੱਕਿਆ, ਫਲਾਨਾ ਫੋਨ ਆ, ਫਲਾਨੀ ਘੜੀ ਬੰਨੀ ਆ, ਉਹ ਸਭ ਮੈਨੂੰ ਨੋਟਿਸ ਹੀ ਨਹੀਂ ਹੁੰਦਾ, ਨੋਟਿਸ ਨਹੀਂ ਹੁੰਦਾ। ਪਰ ਜੋ ਮੈਂ ਇੰਪ੍ਰੈਸ ਸਭ ਤੋਂ ਜ਼ਿਆਦਾ ਹੁੰਦੀ ਹਾਂ ਲੋਕਾਂ ਦੇ ਡਿਮੀਨਰ ਨਾਲ, ਕਿੱਦਾਂ ਉਹ ਗੱਲ ਕਨੈਕਸ਼ਨ, ਕਿੱਦਾਂ ਉਹ ਤੁਹਾਨੂੰ ਟ੍ਰੀਟ ਕਰਦੇ, ਆਸੇ ਪਾਸੇ ਦੇ ਲੋਕਾਂ ਨਾਲ ਕਿਵੇਂ ਗੱਲ ਕਰਦੇ ਆ, ਉਹ ਚੀਜ਼ਾਂ। ਠੀਕ ਹੈ, ਕਿੰਮੀ ਇੱਕ ਈਜ਼ੀ ਮੋਮ ਹੈ ਕਿ ਸਟ੍ਰਿਕਟ ਮੋਮ ਹੈ? ਮਿਕਸਚਰ, ਦੋਨੋਂ ਹੀ। ਅੱਛਾ ਜੀ, ਡਿਪੈਂਡ ਔਨ ਦਾ ਸਿਚੁਏਸ਼ਨ। ਡਿਪੈਂਡਸ ਔਨ ਦਾ ਸਿਚੁਏਸ਼ਨ, ਰਾਈਟ ਰਾਈਟ ਰਾਈਟ। ਜਦੋਂ ਮੇਰੇ ਹਸਬੈਂਡ ਬਾਏ ਚਾਂਸ ਨਾ ਗੁੱਸੇ ਹੁੰਦੇ ਨੇ ਜਾਂ ਕੁਛ ਹੁੰਦਾ ਵਾ, ਤਾਂ ਫਿਰ ਉਦੋਂ ਮੈਂ ਮੇਰੀਆਂ ਬੇਟੀਆਂ ਦੀ ਇੱਕਦਮ ਦੀਵਾਰ ਬਣ ਜਾਂਦੇ ਸਭ ਕੇ ਹੋਰ ਬਹੁਤ। ਤੇ ਕਦੇ ਕਦੇ ਆਫਕੋਰਸ ਮੈਂ ਵੀ ਉਹਨਾਂ ਨੂੰ ਛਿੜਕਦੀ ਹਾਂ, ਤਾਂ ਨਹੀਂ ਮੈਂ ਕਹੂੰਗੀ ਵੀ ਉਹ ਬੱਚੇ ਨੂੰ ਕਦੇ ਨਾ ਛਿੜਕੋ, ਨਹੀਂ ਲੋੜ ਪੈਂਦੀ ਹੈ, ਲੋੜ ਪੈਂਦੀ ਹੈ, ਲੋੜ ਪੈਂਦੀ। ਸੋ ਡੈਫੀਨਿਟਲੀ ਆਈ ਥਿੰਕ ਦੋਨੋਂ, ਠੀਕ ਹੈ। ਪਰ ਮੈਂ ਡੈਫੀਨਿਟਲੀ ਚਾਹੁੰਦੀ ਹਾਂ ਕਿ ਬੱਚੇ ਅਕੈਡਮਿਕਲੀ ਬਹੁਤ ਵਧੀਆ ਕਰਨ, ਔਰ ਨਾਲ ਦੀ ਨਾਲ ਆਪਦਾ ਉਹਨੂੰ ਇੰਜੋਇਮੈਂਟ ਵੀ ਕਰਨ। ਹਾਂਜੀ ਬਿਲਕੁਲ, ਪੜੀ 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 ਨਾ। ਹਾਂਜੀ ਹਾਂਜੀ ਹਾਂਜੀ। ਕ੍ਰਸ਼ ਫਰੋਮ ਮੂਵੀਜ਼, ਪੰਜਾਬੀ ਔਰ ਹਿੰਦੀ ਔਰ ਇੰਗਲਿਸ਼? ਓਕੇ, ਜੇ ਆਪਾਂ ਓਵਰਆਲ ਦੀ ਕਰੀਏ ਤਾਂ ਮੈਨੂੰ ਲਿਓਨਾਰਡੋ ਡੀ ਕੈਪਰੀਓ ਮੈਨੂੰ ਹਮੇਸ਼ਾ ਬਹੁਤ ਅੱਛਾ ਲੱਗਿਆ, ਫਰੋਮ ਟਾਈਟੈਨਿਕ ਜਦੋਂ ਮੈਂ ਦੇਖੀ ਸੀ ਉਦੋਂ ਤੋਂ ਲੈ ਕੇ ਅੱਜ ਤੱਕ। ਸੋ ਆਈ ਥਿੰਕ ਹੀ ਇਜ਼ ਅ ਗਾਇ ਆਈ ਹੈਵ ਅ ਕ੍ਰਸ਼ ਔਨ। ਤੇ ਜੇ ਆਪਾਂ ਇੰਡੀਅਨ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ, ਪਹਿਲਾਂ ਮੈਨੂੰ ਅਕਸ਼ੇ ਕੁਮਾਰ ਅੱਛਾ ਲੱਗਦਾ ਹੁੰਦਾ ਸੀ, ਸਾਡੇ ਅਕਸ਼ੇ ਬਿਲਡਿੰਗ 'ਚ ਉਹਦਾ ਸੈਕਟਰੀ ਸਾਡੀ ਬਿਲਡਿੰਗ 'ਚ ਰਹਿੰਦਾ ਹੁੰਦਾ ਸੀ ਬੋਂਬੇ। ਤੇ ਮੈਂ ਅਕਸ਼ੇ ਕੁਮਾਰ ਨੂੰ ਇੱਕ ਦੋ ਵਾਰੀ ਹਨਾ ਇੱਦਾਂ ਮਿਲੀ ਵੀ ਹਾਂ, ਪਰ ਮੈਂ ਲਿਫਟ 'ਚ ਇੱਦਾਂ 'ਚ ਇੱਦਾਂ ਨਹੀਂ। ਹਾਂਜੀ ਹਾਂਜੀ, ਪਰ ਅੱਛਾ ਲੱਗਦਾ ਸੀ, ਪਰ ਫਿਰ ਹੁਣ ਨਹੀਂ ਲੱਗਦਾ। ਠੀਕ, ਹੁਣ ਮੈਨੂੰ ਰਣਵੀਰ ਸਿੰਘ ਮੈਨੂੰ ਅੱਛਾ ਲੱਗਦਾ, ਲਾਈਕ ਓਵਰਆਲ ਜੇ ਕਹੀਏ ਬਈ। ਬਾਕੀ ਐਕਟਰ ਸੇ ਬਹੁਤ, ਹਾਂਜੀ ਬਿਲਕੁਲ, ਪਰ ਲਿਓਨਾਰਡੋ ਡੀਕੈਪਰੀਓ ਬਣ ਸਕਦੇ। ਠੀਕ ਹੈ, ਠੀਕ, ਆਲ ਟਾਈਮ ਟਾਈਟੈਨਿਕ ਤੋਂ ਬਾਅਦ ਉਹਨਾਂ ਨੇ ਬਸ, ਓ ਯੈਸ ਓ ਯੈਸ ਓ ਯੈਸ, ਦੁਨੀਆ ਫੈਨ ਬਣ ਗਈ ਸੀ, ਦੁਨੀਆ ਫੈਨ ਬਣ ਗਈ ਸੀ। ਹਾਂਜੀ, ਜੇ ਕਿੰਨੇ ਐਕਟਰਸ ਨਾ ਹੁੰਦੇ ਤਾਂ ਕੀ ਹੁੰਦੇ? ਆਈਐਸ ਆਫਿਸਰ। ਵਾਓ, ਡੈਫੀਨਿਟਲੀ ਔਖਾ ਵੀ ਬੋਲ ਸਕਦੇ, ਇੰਨੀ ਸਵੀਟਨੈਸ ਆ ਤੁਹਾਡੀ, ਸਵੀਟ ਬੋਲ ਰਹੀ ਹੈ। ਨਹੀਂ ਪਰ ਕੁਛ ਕੋਈ ਚੀਜ਼ ਨੂੰ ਸਹੀ ਤਰੀਕੇ ਨਾਲ ਡਰਾਈਵ ਕਰਨ ਲਈ ਖਿੱਚ ਕੇ ਔਖੇ ਹੋ ਕੇ ਬੋਲਣਾ ਜ਼ਰੂਰੀ। ਹਾਂਜੀ, So thank you for participating in the rapid fire. Thank it was you. fun.
ਤੇ ਸਮਾਂ ਕਿੱਦਾਂ ਲੰਘ ਗਿਆ ਪਤਾ ਹੀ ਨਹੀਂ ਲੱਗਾ ਤੁਹਾਡੇ ਨਾਲ ਗੱਲਾਂ ਕਰਦੇ ਹੋਏ, ਇੰਨਾ ਵਧੀਆ ਲੱਗਾ ਗੱਲਬਾਤ ਕਰਦੇ ਹੋਏ, ਤੇ ਥੈਂਕ ਯੂ ਸੋ ਮੱਚ ਕਿ ਤੁਸੀਂ ਸਾਡੇ ਐਪੀਸੋਡ ਵਿੱਚ ਆਏ, ਸਾਡੇ ਨਾਲ ਗੱਲਬਾਤ ਕੀਤੀ, ਤੇ ਦਿਲੋਂ ਧੰਨਵਾਦ ਤੁਹਾਡਾ। ਤੁਹਾਡਾ ਬਹੁਤ ਬਹੁਤ ਥੈਂਕ ਯੂ ਫੋਰ ਚੜ੍ਹਦੀ ਕਲਾ ਟੀਵੀ ਫੋਰ ਹੈਵਿੰਗ ਮੀ ਹੇਅਰ ਐਂਡ ਜੇਸਨ ਥੈਂਕ ਯੂ। ਤੇ ਦਰਸ਼ਕੋ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਤੇ ਸਾਡਾ ਐਪੀਸੋਡ ਤੁਹਾਨੂੰ ਕਿੱਦਾਂ ਦਾ ਲੱਗਾ ਇਹ ਕਮੈਂਟ ਕਰਕੇ, ਈਮੇਲ ਕਰਕੇ ਸਾਨੂੰ ਜ਼ਰੂਰ ਦੱਸਣਾ, ਤੇ ਤਦ ਤੱਕ ਲਈ ਰੱਬ ਰਾਖਾ, ਸਤਿ ਸ਼੍ਰੀ ਅਕਾਲ। ਜੀ ਆਇਆ ਨੂੰ।